ਆਦਰ ਗਿਲ ਦੀ ਪਈ ਹੋ ਰੇੜ ਅਗਲੇ ਪਾਸੇ ਚਾਰ ਸਾਥੀ ਬਿਲਕੁਲ ਤਿਆਰ ਬਣ ਤਿਆਰ ਦੇਖਦੀਆਂ ਗੱਲ ਬਾਣੇ ਚ ਕੀ ਬਣਦੀ ਹੈ ਕੰਨੀ ਦਾ ਨੌਜਵਾਨ ਅੱਗੇ ਵੱਧ ਕੇ ਡਾਕਣ ਦੀ ਕੋਸ਼ਿਸ਼ ਕਰਦਾ ਨਾ ਸੁਣਿਆ ਚੱਲ ਵੀ ਸੁਣਿਆ ਭੁੱਲੇ ਭੁੱਲੇ ਪੱਪ ਧਰਦਾ ਹੋਇਆ ਨੌਜਵਾਨ ਇਸ ਸਮੇਂ ਪੂਰੀ ਤਰ੍ਹਾਂ ਕਾਇਮ ਦਿਨ ਹੋ ਗਏ ਦੋ ਨੰਬਰ ਦਾ ਨੌਜਵਾਨ ਅੱਗੇ ਵੱਧ ਕੇ ਲੱਗ ਗਿਆ ਹੈ ਬੱਲੇ 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 ਰੈਫਰੀ ਫਰਮਾਨ ਚੜ ਸੰਧੂ ਪਾਕਿਸਤਾਨ ਆਰਮੀ ਜਿੱਦਾਂ ਪਕੜਿਆ ਬੱਲੇ 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 ਸਦਕੇ ਜਾਵਾਂ ਉਸਤਾਦ ਜੀ ਇਹਨੂੰ ਭਰਵਾਨ ਨਹੀਂ ਲੈਣ ਦੇ ਨਰਕਸ ਨੇ ਬਣਾਓ ਇਹਨੂੰ ਬਾਹਰ ਸਮਝ ਕੇ ਪੈਸੇ ਦੇ ਦਿਓ ਨੌਜਵਾਨ ਇਸ ਸਮੇਂ ਰੇਡ ਉੱਪਰ ਸਾਂਵਲਾ ਜਾਂ ਰੰਗ ਅਗਲੇ ਪਾਸੇ ਚਾਰ ਜਾਫੀ ਬਿਲਕੁਲ ਤਿਆਰ ਪਰ ਤਿਆਰ ਫੜ ਲਿਆ ਕਿੱਟਾ ਛਡਾਉਣ ਦੀ ਕਰਦਾ ਕੋਸ਼ਿਸ਼ ਕੁਤਬਪੁਰ ਦੀ ਧਰਤੀ ਤੇ ਚੱਲਦਾ ਮੁਕਾਬਲਾ ਰੈਫਰੀ ਫਰਮਾਨ ਜੱਟ ਪੂਰੀ ਤਰ੍ਹਾਂ ਨਜ਼ਰ ਉਹ ਪਿੱਛੇ ਹੋ ਜਾਓ ਯਾਰ ਤੁਹਾਡੀ ਮਿਹਰਬਾਨੀ ਉਹ ਮੇਰੇ ਵੀਰੋ ਉਹ ਪਿੱਛੇ ਹੋ ਜਾਓ ਉਹ ਪਿੱਛੇ ਹੋ ਜਾਓ ਪੁਆਇੰਟ ਰੇਟਰ ਦਾ ਹੋ ਗਿਆ ਜੀ ਕੱਢ ਦਾ ਜਾਫੀ ਲਾਈਨੋਂ ਬਾਹਰ ਅੱਛਾ ਲਾਈਨ ਸਾਰੀ ਇੰਜ ਮਲ ਕੇ ਬੈਠੇ ਆ ਜਿਵੇਂ ਪਤਾ ਨਹੀਂ ਕੋਈ ਮੈਂ ਅੱਗੇ ਕਿਹਾ ਵੀ ਚਾਂਦੀ ਦੀ ਸਮਝ ਬੈਠੀ ਚੱਲ ਵੀ ਫੈਸਲ ਗਿੱਲ ਫੈਸਲ ਗਿੱਲ ਬਿਲਕੁਲ ਤਜਰਬਾ ਤਿਆਰ ਲਾਲ ਰੰਗ ਦਾ ਕੱਚਾ ਖਤਰੇ ਦੀ ਝੰਡੀ ਦੇਖ ਲਿਆ ਗੱਲ ਮੈਦਾਨ ਚ ਕੀ ਬਣਦੀ ਹੈ ਖਤਰਾ ਆਪਣੇ ਵਾਸਤੇ ਜਾਂ ਅਗਲੇ ਵਾਸਤੇ ਇਹ ਤੇ ਪਤਾ ਗਰਾਊਂਡ ਚ ਲੱਗੇਗਾ ਜੀ ਇਹ ਤੇ ਵੇਲਾ ਆਪ ਦੱਸੇਗਾ ਕੌਣ ਮਾਰਦਾ ਮੈਦਾਨ ਪਹਿਲੇ ਹੱਲੇ ਬੱਲੇ 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 ਕਹਿੰਦਾ ਬੱਲੇ ਬੱਲੇ ਜੱਗ ਤੇ ਕਰਾਉਣੀ ਪੈਂਦੀ ਹੈ ਟਿੱਕੀ ਨੀ ਤੁਹਾਨੂੰ ਟਿਕਾਉਣੀ ਪੈਂਦੀ ਹੈ ਚੱਲ ਵੀ ਨੌਜਵਾਨ ਇਸ ਸਮੇਂ ਰੇਡ ਉੱਪਰ ਕਹਿੰਦਾ ਰੋ ਪਰਾਏ ਕਦੀ ਨਾ ਪਈਏ ਭਾਵੇਂ ਪੈਂਡਾ ਦੂਰ ਹੋਵੇ ਰੋ ਪਰਾਏ ਕਦੀ ਨਾ ਪਈਏ ਭਾਵੇਂ ਪੈਂਡਾ ਦੂਰ ਹੋਵੇ ਝੋਟਾ ਪਾਣੀ ਤੋਂ ਜਨਾਨੀ ਪੰਜਾਬ ਤੇ ਸਿਵਲ ਵਰਦੀ ਬੰਦੇ ਗਰਾਊਂਡ ਚੋਂ ਕੱਢਣੇ ਬੜੇ ਔਖੇ ਹਾਂਜੀ ਗਨੀ ਖਾਨ ਗਨੀ ਖਾਨ ਇਸ ਸਮੇਂ ਰੇਡ ਉੱਪਰ ਜੀ ਬਿਲਕੁਲ ਸਟੇਜ ਦੇ ਸਾਹਮਣੇ ਚੱਲਦਾ ਹੈ ਮੁਕਾਬਲਾ ਸਾਡੇ ਮੁੱਖ ਮਹਿਮਾਨ ਜਨਾਬ ਨਦੀਮ ਅਹਿਮਦ ਹਾਸ਼ਮੀ ਸਾਹਿਬ ਜ਼ਿੰਦਾਬਾਦ ਬੱਲੇ 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 ਪੁਆਇੰਟ ਖਾਨ ਦਾ ਹਾਸ਼ਮੀ ਸਾਹਿਬ ਚਲੋ ਤੁਹਾਡੇ ਵਾਸਤੇ ਸ਼ੇਰ ਕਿ ਸਿਫਰਾ ਭਾਵੇਂ ਲੱਖ ਨਹੀਂ ਹੁੰਦਾ ਸਿਫਰੇ ਬਾਜੋ ਲੱਖ ਨਹੀਂ ਹੁੰਦਾ ਤੇਰੇ ਨਾਲ ਕੀਮਤ ਸਾਡੀ ਇਹੋ ਸੋਚ ਕੋਈ ਵੱਖ ਨਹੀਂ ਹੁੰਦਾ ਤੂੰ ਸਾਡੇ ਤੋਂ ਵੱਖ ਨਹੀਂ ਰਹਿਣਾ ਨਹੀਂ ਤੇ ਸਾਡਾ ਕੱਖ ਨਹੀਂ ਰਹਿਣਾ ਸਿਫਰਾ ਜਾਣ ਕੇ ਛੱਡ ਨਾ ਜਾਵੀ ਉੱਡਦੀ ਧੂੜ ਅਸਮਾਨਾਂ ਵਾਲੇ ਚੜ੍ਹਦੀ ਦੁਨੀਆਂ ਤੇ ਕੀਤੀ ਹੋਈ ਹੈ ਇਹਨਾਂ ਕਰਾਂ ਫੜਦੀ ਔਰ ਜਵਾਬ ਮੇਰਾ ਵੀਰ ਮੈਰ ਛੱਡ ਇਸ ਨੇ ਕਬੱਡੀ ਚਾਨ ਪੰਜਾਬੀਆਂ ਦੀ ਦੇ ਉੱਤੇ ਲਾਈਵ ਨਾਲ ਇਸ ਮੈਚ ਨੂੰ ਚਲਾ ਰਿਹਾ ਔਰ ਉਹਦੇ ਨਾਲ ਇੰਟਰਨੈਸ਼ਨਲ ਕਬੱਡੀ ਕਲੱਬ ਪੇਜ ਦੇ ਉੱਤੇ ਵੀ ਮੈਚ ਜਿਹੜਾ ਚੱਲ ਰਿਹਾ ਇੰਟਰਨੈਸ਼ਨਲ ਕਬੱਡੀ ਕਲੱਬ ਦੁਨੀਆ ਕਬੱਡੀ ਦਾ ਸਭ ਤੋਂ ਵੱਡਾ ਪੇਜ ਜਿਹਦੇ 5.5 ਲੱਖ ਤੋਂ ਜ਼ਿਆਦਾ ਤਕਰੀਬਨ 5,70,000 ਲਾਈਕਸ ਔਰ 7.5 ਲੱਖ ਤੋਂ ਜ਼ਿਆਦਾ ਫਾਲੋਅਰਸ ਨੇ ਉਹਦੇ ਨਾਲ ਨਾਲ ਕਬੱਡੀ ਜਾਨ ਪੰਜਾਬੀਆਂ ਦੀ ਜਿੱਥੇ ਤਕਰੀਬਨ 1.5 ਲੱਖ ਤੋਂ ਜ਼ਿਆਦਾ ਲਾਈਕਸ ਨੇ ਇਸ ਸਮੇਂ ਨੌਜਵਾਨ ਰੇਡ ਦੇ ਉੱਪਰ
ਕਹਿੰਦਾ ਥੋੜੇ ਵਿੱਚ ਪਾਲਣ ਵਾਲੇ ਹੁੰਦੇ ਨੇ, ਬਹੁਤੇ ਰੁੱਖ ਦੇ ਪਾਲਣ ਵਾਲੇ ਹੁੰਦੇ ਨੇ, ਟਿੱਕਣ ਦਾ ਤੇ ਮਜ਼ਾ ਵੀ ਉੱਥੇ ਹੀ ਆਉਂਦਾ ਹੈ ਜਿੱਥੇ ਜੋਰ ਸੰਭਾਲਣ ਵਾਲੇ ਹੁੰਦੇ ਨੇ। ਉਹ ਯਾਰ ਰੈਫਰੀ ਦੇਖਣ ਦੇ ਆ, ਰੈਫਰੀ ਉੱਤੇ ਹੀ ਖੜਾ, ਉਹਨੂੰ ਵੀ ਪਤਾ ਲੱਗਣ ਦਿਆ ਰੈਫਰੀ ਉੱਤੇ ਹੀ ਖੜਾ ਯਾਰ, ਰੈਫਰੀ ਨੂੰ ਅਗਲਾ ਪਤਾ ਹੀ ਮਿੱਠਾ ਲੂਣਾ ਜੋ ਵੀ ਸਰਦਾ ਵੇਲਾ ਕਦੇ ਉਧਾਰ ਨਹੀਂ ਕਰਦਾ, ਵੇਲੇ ਨਾਲ ਜੇ ਮਿੱਠਾ ਪਈਆਂ ਫੋਟੋ ਕੰਦੀ ਕੰਦੀਆਂ ਰਹੀਆਂ, ਵੇਲਾ ਤਗੜਾ ਹੱਥਾਂ ਦਿੱਠਾ, ਵੇਲੇ ਲਗੜਾ ਹੱਥਾਂ ਦਿੱਤਾ, ਸਭਨਾਂ ਦੀ ਤਕਦੀਰ ਵੇਲਾ, ਡਾਠਾਂ ਦੀ ਜਾਗੀਰ ਵੇਲਾ, ਕੰਦਾ ਏ ਜਦ ਭੰਡੀ ਕਿਧਰੇ ਕਰਦਾ ਲੀਰੋ ਲੀਰੇ ਵੇਲਾ, ਉੱਚੀ ਪੱਗ ਦਾ ਮਾਣ ਕਰੀਰਾ, ਪੱਗਾਂ ਦਿੰਦਾ ਚੀਰੇ ਵੇਲਾ, ਤੇ ਵੇਲੇ ਦੀ ਜੋ ਕਦਰ ਨੂੰ ਜਾਣੇ ਮਾਪੇ ਮੁਰਸ਼ਦ ਪੀਰ ਵੇਲਾ, ਮਾਪੇ ਮੁਰਸ਼ਦ ਪੀਰ ਵੇਲਾ, ਇਸ ਸਮੇਂ ਵੇਲੇ ਦੀ ਕਦਰ ਕਰਦੇ ਹੋਏ ਨੌਜਵਾਨ ਗਰਮੀ ਬੜੀ, ਤੈਨੂੰ ਵੈਸੇ ਚੇਤਾ ਭੁੱਲ ਗਿਆ ਵੀ ਆਰਾਮ ਲੈਣਾ ਸੀ। ਹਾਂਜੀ ਗਨੀ ਖਾਨ, ਗਨੀ ਖਾਨ ਚਿੱਟਾ ਨਿਸ਼ੋਰ ਰੰਗ ਰੰਗ ਵੈਸੇ ਚਿੱਟੇ ਹੁੰਦੇ ਨੇ, ਜਿਹੜਾ ਕਾਲਾ ਹੋਵੇ ਉਹ ਤਾਂ ਪਠਾਣ ਲੱਗਦਾ ਹੀ ਨਹੀਂ। ਹਾਂਜੀ ਗਨੀ ਖਾਨ ਜਨਾਬ ਇਸ ਵੇਲੇ ਜੇ ਉੱਪਰ ਕਦਮਾਂ ਦਾ ਛੋਲਾ ਨੌਜਵਾਨ ਕਾਲੇ ਰੰਗ ਦਾ ਕੱਛਾ ਛੂਏ ਹੋਏ 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 ਹਾਂ, ਤੇ ਇਹਨੇ ਤੋੜ ਕੇ ਸੁੱਟਿਆ ਜਿਵੇਂ ਮਿਸਾਈ ਛਿਛੜਾ ਨਹੀਂ ਤੋੜ ਕੇ ਸੁੱਟਿਆ। ਚੱਲ ਵੀ ਸੋਹਣੇ ਨੌਜਵਾਨ ਇਸ ਸਮੇਂ ਰੇਲ ਦੇ ਉੱਪਰ ਪਟਾਉਣਾ, ਤੇਰੀਆਂ ਜ਼ੁਲਫਾਂ ਦੇ ਸਦਕੇ ਜਾਵਾਂ, ਜ਼ੁਲਫਾਂ ਰੱਖ ਕੇ ਕੌਡੀਆਂ ਨਹੀਂ ਖੇਡੀਆਂ ਜਾਂਦੀਆਂ ਸੋਹਣੀਆਂ, ਇਹ ਹਨੀ ਸਿੰਘ ਵਾਲੀ ਕਟਿੰਗ ਕਰਾ ਲਾ। ਫੈਸਲ ਗਿੱਲ ਚੱਲ ਵੀ ਸੁਣੇ ਸੁਣੇ ਉਹਦੇ ਵੀ ਸੁਣ ਲਾ, ਹਲੋ ਉਹਦੇ ਵੀ ਸੁਣ ਲਾ, ਨੌਜਵਾਨ ਤਿਆਰ ਚੱਲ ਵੀ ਆਦਲ ਗਿੱਲ ਆ ਯਾਰ, ਜਿਹੜੇ ਖੇ ਮੇਰੇ ਖੱਬੇ ਪਾਸੇ ਵੱਲ ਤਾਂ ਥੋੜੇ ਪਿੱਛੇ ਹੋ ਜਾਓ, ਮਹਿਮਾਨ ਨੂੰ ਨਜ਼ਰ ਨਹੀਂ ਆਉਂਦਾ ਯਾਰ। ਆਦਲ ਗਿੱਲ ਦਾ ਪੁਆਇੰਟ ਜੀ ਇੱਧਰ ਆ, ਇੱਧਰ ਇੱਧਰ ਗਿੱਲ, ਇੱਧਰ ਇੱਧਰ ਸਟੇਜ ਤੇ ਆ, ਉਹ ਪਿੱਛੇ ਪਿੱਛੇ ਹੋ ਜਾਓ, ਇਹਦੇ ਸਟੇਜ ਬਾਹਰ ਦੇ ਪਿੱਛੇ ਹੋ ਜਾਓ ਸਾਰੇ, ਆਲੇ ਵੇਦਨ ਦੇ ਨਾ ਇਹ ਪਿੱਛੇ ਪਿੱਛੇ ਕਰੋ ਨਾ।
ਸਾਰਾ ਗਰਾਊਂਡ ਵਿੱਚ ਆ ਗਿਆ ਭਾਰਤ ਦੀ ਸਰਕਾਰ पूरी तरह मान सम्मान करते हुए खिलाड़ियों को इज्जत अफजाई करते हुए और मेरा वीर बाबर खान साढ़े इलाके का मानदान काशी जट पहलवान और उस्ताद सलमान सिंह कोच 123 के नाल इस समय जनाब रेफरी के फैसले से अंजाम देते हुए और ग्राउंड में भाई रमजान जट पाकिस्तान आर्मी वेलकम जनाब जी और अपना उस्ताद जान साहब हसन जान साहब हसन साहब बहुत बहुत शुक्रिया। एक अनियन इंटरनेशनल प्लेयर होया जिन्हें पूरी दुनिया पाकिस्तान का झंडा गड़िया कि खेडा होर भी है जहान अंदर ते कौडी खेड में किसे तो घट यारो सौ मार पाए सन्यास सट्टा बड़ी इको लोहार की सट यारो अकमल डोगर बट शफीक चिश्ती खिलाड़ी कोई नहीं किसे तो घट यारो पुत्र जमन के लखन जहान अंदर ते कोई जमन नहीं होर मिल जाते यारो कोई जमन नहीं होर मिल जाते यारो इधर आ जा इधर आ जा ओए इधर आ जा पकाले कछे वालिया इधर इधर आ जा सोने लता फरिया सोचिए डगा ढोल बजे चार चाफी सजे खबे मारे दंद पठान हित बजे यार रंग की लोनी पछाण चाहिए खेडने खेडा तेरे होर बढ़िया पर सज्जन कबड्डी की जान चाहिए इतने पता लगेगा जान का कहना पेड़ पै गए साना के कौटी के मैदान अंदर पत्ते लगने ने जाना दे कौटी के मैदान अंदर पत्ते लगने ने जाना दे और ਇਹਦਾ ਮੁਕਾਬਲਾ ਨਾ ਇੰਟਰਨੈਸ਼ਨਲ ਕਬੱਡੀ ਕਲੱਬ ਦੁਨੀਆ ਦੇ ਕਬੱਡੀ ਦਾ ਸਭ ਤੋਂ ਵੱਡਾ ਫੇਸਬੁੱਕ ਪੇਜ ਉਹਦੇ ਤੇ ਲਾਈਵ ਚੱਲ ਰਿਹਾ ਹੈ ਔਰ ਦੂਸਰਾ ਜਿਹੜਾ ਕਬੱਡੀ ਦਾ ਪੰਜਾਬੀ ਆਮੀ ਮੇਰਾ ਛੋਟਾ ਵੀਰ ਮੈਂ ਜੱਟ ਇਸ ਮੈਚ ਦੀ ਕਵਰੇਜ ਕਰ ਰਿਹਾ ਜੀ ਦੋਨਾਂ ਪੇਜਾਂ ਦੇ ਉੱਪਰ ਇਸ ਨੇ ਤੇ ਮੈਚ ਪੂਰੀ ਦੁਨੀਆ ਦਾ ਯਾਰ ਜੇ ਮੈਚ ਨੇ ਖੇਡ ਲਿਆ ਪਿੱਛੇ ਹੋ ਜਾਓ ਬਰਾਬਰ ਰੈਫਰੀ ਸਾਹਿਬ ਤੁਹਾਨੂੰ ਪਤਾ ਕਬੱਡੀ ਦੇ ਅਸੂਲ ਦੇ ਨੇੜੇ ਦਾਇਰੇ ਤੋਂ ਬਾਹਰ ਆ ਜਾਂਦੇ ਪੁਆਇੰਟ ਦੂਜੇ ਪਾਸੇ ਮਿਲ ਜਾਂਦਾ गनी खान ना सुनिया
ਜਾਂਦਾ ਹੀ ਖਿੱਚ ਕੇ ਪਾਰੇ ਤੇ ਫੈਸਲ ਖੇਲ ਬਾਬਰ ਖਾਨ ਆਪਣਾ ਵੀਰ ਇੱਕ ਨਹੀਂ ਜਾਂਦਾ ਇਹਨੇ ਤਾਂ ਨਾਲ ਲੈ ਕੇ ਜਾਏਗਾ ਅੱਜ ਸਟੇਜ ਤੇ ਆ ਜਾਏ ਕੱਟ ਕੁੱਟ ਕੇ ਫੜ ਲਈਏ ਅਜੇ ਮੇਰੀ ਉਮਰ ਨਿਆਣੀ ਮੈਂ ਸੁਣਿਆ ਇਸ ਮੇਲੇ ਵਿੱਚ ਕਈ ਵਿਛੜ ਗਏ ਨੇ ਹਾਰੀ ਬੱਲੇ 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 ਹਾਏ ਪੰਜਾਬੀ ਦਾ ਟੈਂਪਰ ਹੋ ਗਿਆ ਹੋਇਆ ਪੁਆਇੰਟ ਜਾਫੀ ਹੋ ਗਿਆ ਜੀਵਾ ਜੱਟਾ ਚੱਕ ਦੇ ਫੱਟਾ ਪੱਪ ਜੱਟ ਦਾ ਤਾਂ ਧੂਣਾ ਜਾਵੇ ਪੱਟ ਦਾ ਤਾਂ ਪਿੱਛੇ ਨਹੀਂ ਹੱਥ ਦਾ ਪੁਆਇੰਟ ਜੱਟ ਦਾ ਇੱਧਰ ਆ ਜਾ ਜੱਟਾ ਇੱਧਰ ਸਟੇਜ ਤੇ ਆ ਜਾ ਇਕੱਠਾ ਕੀਤਾ ਜਿਵੇਂ ਕੱਟਣ ਨੂੰ ਪਾਣੀ ਦਵਾਈ ਦੇਈ ਇੱਧਰ ਜਾਫੀ ਆ ਜਾਵੇ ਜਾਫੀ ਸਟੇਜ ਤੇ ਆ ਜਾ ਕਾਸ਼ੀ ਨੂੰ ਘਲਾ ਦਿਓ ਅਮੀਰ ਆਖਰੀ ਕੌਂਟੀ ਗਰਾਊਂਡ ਕੋਈ ਨਾ ਬਣਾਈ ਜਾਂਦੀ ਬੜੀ ਮਿਹਰਬਾਨੀ ਅਗਲੇ ਪਾਸੇ ਚਾਰ ਜਾਫੀ ਮੇਰੇ ਕੋਲ ਤਿਆਰ ਨਾ ਤਿਆਰ ਵੇਖਣੇ ਗੱਲ ਬਥਾਨ ਅੱਛੀ ਬਣਦੀ ਹੈ ਮਿਹਰਬਾਨੀ ਆ ਤੁਹਾਡੀਆਂ ਗੁੱਸਾ ਛੱਡ ਦਿਓ ਉਧਰੋਂ ਲੱਗ ਗਿਆ ਜੱਥਾ ਇਹ ਬੱਲੇ 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 ਬੱਲੇ